ਤੇ ਸਟicker ਐਡ ਕਰਾਉਂਗੇ। ਕੀ ਹੁੰਦਾ ਹੋਇਆ ਬੰਦਾ ਸਪਰੇ ਮਾਰ ਲਗੇ ਬਾਈ ਤਾਂ ਹੋ ਗਿਆ ਆਪਣਾ ਕੰਮ, ਟਾਈਮ ਨਾਲ ਕੰਮ ਹੋ ਗਿਆ। ਪਾ ਰਹੇ ਸੀ ਖੇਤ 'ਚ ਅਤੇ ਅੱਜ ਡੈੱਕ ਲਵਾ ਕੇ ਲਿਆਉਣਾ ਆਪਾਂ ਨੇ, ਅੱਜ ਜਾਵਾਂਗੇ ਡੈੱਕ ਲਵਾਉਣ ਪੱਤੀਆਂ ਪੱਤੀਆਂ। ਡੈੱਕ ਤਾਂ ਆਪਾਂ ਨੇ ਕੱਲ੍ਹ ਲਿਆਂਦਾ ਵੈਸੇ, ਇਹ ਵਲੌਗ ਨਹੀਂ ਸੀ ਬਣਾਇਆ, ਅੱਜ ਬਣਾਵਾਂਗੇ। ਸੋ ਜੁੜੇ ਰਹੋ ਬਾਈ, ਕੰਮ ਪਰ ਜਾਣਾ ਹਜੇ ਮੈਂ। ਵਾਹ ਹਾਂਜੀ, ਨਾਲ ਆਪਣੇ ਕਰਮ ਦੇ ਕਾਸ਼ ਚੱਲੇ ਹਾਂ ਡੈੱਕ ਲਵਾਉਣ ਅਤੇ ਵੈਲਡਿੰਗ ਵੁਲਡਿੰਗ ਕਰਾ ਲਈ, ਡੈੱਕ ਤਾਂ ਲੈ ਲਿਆ ਪਹਿਲੀ। ਸੋ ਜੁੜੇ ਰਹੋ, ਤੁਹਾਨੂੰ ਦਿਖਾਉਂਦੇ ਹਾਂ, ਠੀਕ ਹੈ। ਜਾਂਦੇ ਹਾਂ ਹੌਲੀ ਹੌਲੀ, ਵੈਲਡਿੰਗ ਕਰਾਉਣੀ ਹੈ। ਲਿਆਂਦਾ ਬਾਈ, ਭਰਾ ਤਾਂ ਐਂਗਲ ਉਂਗਲ ਲਵਾ ਲਈ, ਗਗਨ ਆ ਰਿਹਾ ਅੱਜ। ਨਹੀਂ ਛੋਕਰੇ ਨਾਲੇ ਆਏ ਆਪਣੇ, ਨਾਲੇ ਆ ਗਏ ਵਿਹਲੇ ਦੇ, ਅੱਜ ਫਰੀ ਫਾਇਰ ਖੇਡਦੇ, ਫਰੀ ਫਾਇਰ ਆ ਗਏ ਅਸੀਂ ਨਟ ਲੈਣ ਬਾਈ, ਨਟ ਨੁਟ ਲੈ ਲਈ ਤੁਹਾਨੂੰ ਰੌਣਕ ਦਿਖਾਉਣਾ, ਤੁਹਾਨੂੰ ਰੌਣਕ ਫਿਲਮ ਵਾਲੀ ਰੌਣਕ ਨਹੀਂ, ਇਹ ਬਾਜ਼ਾਰ ਵਾਲੀ, ਇਹ ਹੈ ਕੁਰਾਲੀ ਦੀ ਰੌਣਕ। ਧੁੱਪ 'ਚ ਵੈਸੇ ਕੋਈ ਰੌਣਕ ਨਹੀਂ ਹੈਗੀ, ਮੈਨੂੰ ਥੋੜ੍ਹਾ ਜਿਹਾ ਕੰਮ ਸੀ ਅੱਜ, ਤਾਂ ਕਰਕੇ ਮੈਂ ਅੱਜ ਡਿਊਟੀ 'ਤੇ ਬਸ ਸਿੱਧਾ ਇੱਧਰ ਆਇਆ। ਮੈਂ ਲਵਾ ਗਏ ਗਗਨ, ਉਹ ਖੜਾ ਬਕਸਾ ਵਿੱਚਾ ਗੱਡੀ ਦੇ, ਅਤੇ ਦਿਖਾਉਂਦੇ ਹਾਂ ਇੱਧਰ ਹੈਗੀ ਹੈ ਦੁਕਾਨ ਗੁਰਦੁਆਰਾ ਦੇ ਕੋਲ। ਸਵਾਹ ਪਿਆ ਜੀ ਬਕਸਾ ਵਿੱਚ, ਕਹਿੰਦੇ ਲੱਟਾ ਪਿੰਗ ਹੁੰਦਾ ਹੋਇਆ ਬੰਦਾ। ਪੂਰਾ ਜ਼ੋਰ ਲਾ ਕੇ ਮੋੜਦਾ ਹੋਇਆ, ਕਿਆ ਜੀ ਸਪਰੇ ਮਾਰਨ ਲੱਗੇ ਬਾਈ, ਹੋ ਗਿਆ ਆਪਣਾ ਕੰਮ, ਟਾਈਮ ਨਾਲ ਕੰਮ ਹੋ ਗਿਆ।
ਲੱਗੇ ਪਏ ਆ ਬਾਈ ਉੱਪਰ ਕਸਤਾ ਹੁਣ ਥੱਕ ਗਏ ਗਿੱਟੇ ਖਾ ਲੇ ਕਰ ਮੀਕਾ ਸ਼ਕੀਨ ਹੈ ਪੂਰਾ ਉਹ ਬਣਾਉਣ ਲੱਗਿਆ ਵਾ ਮੀਕਾ ਕੋਲ ਚੁੰਮੇ ਨਾ ਵੀ ਆਵੇ ਮੈਂ ਕਿਹੜਾ ਮੀਕਾ ਕਰਾ ਦੇ ਤਸੱਲੀਆਂ ਬਈ ਜੋਰਾ ਛੋਰਾ ਵਾ ਕੰਮ ਆ ਇੱਕ ਨੰਬਰ ਕੰਮ ਆ ਬੰਦੇ ਦਾ ਐਮ ਐਸ ਕਾਰ ਅਸੈਸਰੀਜ਼ ਇਹ ਚਨਾਲੋ ਰੋਡ ਤੇ ਹੈ ਬੰਦ ਕਰਦੇ ਕੋਈ ਚੱਕਰ ਨਹੀਂ ਬਾਈ ਟੈਂਕ ਲਵਾ ਦੇ ਆ ਉਹ ਜਾ ਰਹੇ ਨੀ ਗਗਨਾ ਕਹਿੰਦਾ ਮੈਂ ਜਲਾ ਕੇ ਲੈ ਜਾਣਾ ਮੈਂ ਕੋਈ ਚੱਕਰ ਨਹੀਂ ਸੋ ਮੈਂ ਗਗਨੇ ਦੀ ਗੱਡੀ ਚੱਕ ਲਈ ਤੇ ਬਹੁਤ ਜਲਗਵਾਰੀ ਹੋਈ ਹੈ ਪੂਰਾ ਬੱਜ ਰਿਹਾ ਬਾਈ ਬੜਾ ਘੈਂਟ ਲੱਗਦਾ ਬੱਜਦਾ ਟਿਕਟਾਂ ਬਹੁਤ ਉੱਡ ਰਿਹਾ ਤਾਂ ਕਰਕੇ ਸਵਾਰ ਕੇ
ਹੁਣ ਦੱਸੋ ਬਾਈ ਕਿੱਕਣਾ ਵੱਜਦਾ ਤੁਹਾਡਾ ਡੈਕ, ਵਧੀਆ ਵੱਜਦਾ ਕਿ ਨਹੀਂ? ਨਜ਼ਾਰਾ ਆ ਗਿਆ ਹੈ ਕਰਨ ਘੜ ਲਾ ਦੇਣਾ ਸੀਸੇ ਕੰਬਣ ਲਾ ਤੇ ਘਰ ਦੇ ਤਿੰਨ ਬੇਸਾਂ ਦਾ ਬਹੁਤ ਫਰਕ ਹੈ। ਤੇ ਬਾਈ ਪਸੰਦ ਆ ਗਿਆ ਡੈਕ, ਘਰਾਂ ਵੀ ਦਿਖਾਇਆ ਮੈਂ ਸਭ ਨੂੰ, ਵਧੀਆ ਲੱਗਿਆ। ਤੇ ਬਾਕੀ ਅਗਲਾ ਵਲੌਗ ਆਪਾਂ ਫਿਰ ਪਾਵਾਂਗੇ। ਸੋ ਹੁਣ ਕਰਦੇ ਹਾਂ ਵਲੌਗ ਦਾ ਐਂਡ, ਸਾਰੇ ਜਣੇ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨਹੀਂ ਇੱਕ ਹੋਰ ਨਵੇਂ ਵਲੌਗ ਵਿੱਚ।